ਸਰ ਜੀ ਉਹਨੂੰ ਅਸੀਂ ਨਾ ਸਾਡਾ ਮਰਨ ਵਾਲਾ ਜਿਹੜਾ ਮੁਜ਼ੰਮਲ ਬੂਟਾ ਨਾ ਉਹ ਕਹਿ ਗਿਆ ਸੀ ਜੀ ਇਹਨੂੰ ਮੈਚ ਦਾ ਕਹਿਣਾ ਹੀ ਨਹੀਂ। ਉਹ ਕੀ ਰੀਜ਼ਨ ਕੀ ਵਜ੍ਹਾ? ਉਹ ਕੋਈ ਗੁੱਸੇ ਨਾਰਾਜ਼ਗੀ ਹੋਈ ਸੀ, ਉਹ ਮੁਜ਼ੰਮਲ ਫੌਤ ਹੋ ਗਿਆ, ਉਹ ਇੱਕ ਦਿਨ ਨਹੀਂ ਅਫਸੋਸ ਕਰਨ ਆਇਆ। ਹਿਸਾਬ ਲਾ ਲਓ ਉਹਦਾ ਇੱਥੇ ਘਰ ਜਨਾਜ਼ੇ ਦੇ ਆਇਆ, ਬਸ ਮੁੜ ਕੇ ਅਗਲੇ ਦਿਨ ਮੈਚ 'ਤੇ ਚਲਾ ਗਿਆ। ਮੁੜ ਕੇ ਅਗਲੇ ਦਿਨ ਮੈਚ 'ਤੇ ਚਲਾ ਗਿਆ, ਮੈਂ ਵੇਖਿਆ ਵਾਕਈ ਇੱਕ ਦਿਨ ਵੀ ਨਹੀਂ ਆਇਆ ਜੀ। ਅਸੀਂ ਉਹਨੂੰ ਘਰ ਰੱਖ ਕੇ ਪਾਲਿਆ, ਪੁੱਤਾਂ ਵਾਂਗੂ ਪਾਲਿਆ, ਉਹਦਾ ਹੱਕ ਸੀ 10-12 ਦਿਨ ਇੱਥੇ। ਮੁਜ਼ੰਮਲ ਸਾਡਾ ਭਰਾ ਸੀਗਾ, ਉਹਦਾ ਵੀ ਭਰਾ ਸੀ, ਜਿਵੇਂ ਅਸੀਂ ਸਾਰੇ ਇੱਕ ਗਰਾਊਂਡ 'ਚ ਸਾਰੇ ਭਾਈਆਂ ਦੀ ਤਰ੍ਹਾਂ, ਅਤੇ ਇਸ ਲਈ ਉਹਨੂੰ ਆਉਣਾ ਚਾਹੀਦਾ ਸੀ। ਅਸੀਂ ਉਹਦੇ ਨਾਲ ਗੁੱਸੇ ਹਾਂ, ਨਾ ਉਹ ਇੱਥੇ ਆਉਂਦਾ, ਨਾ ਅਸੀਂ ਉਹਨੂੰ ਮਿਲਿਆ। ਜੀਵਨ ਉਹਦੀ ਸੀਗੀ 14 ਸਾਲ ਸੀਗੀ, ਰੋਜ਼ ਮੰਗਣ ਆਉਂਦਾ ਸੀ। ਅੱਛਾ। ਅਤੇ ਉਹਨੂੰ ਮੈਂ ਕਿਹਾ ਯਾਰ ਦਫਾ ਮਾਰ ਤੂੰ ਉਹਨਾਂ ਗਰਾਊਂਡੇ ਆਇਆ ਕਰ। ਅੱਛਾ। ਉਹ ਫਿਰ ਸਾਡਾ ਉੱਧਰ ਗਰਾਊਂਡ ਹੁੰਦਾ ਸੀ, ਗਰਾਊਂਡੇ ਆਉਣ ਡਾ ਪਿਆ, ਉਹਨੂੰ ਬਣਿਆ ਨੇ ਮਜ਼ਾਕ ਕਰਨਾ ਤੂੰ ਕਿਹੜਾ ਪਲੇਅਰ ਬਣਨਾ, ਕੋਈ ਗੱਲ ਨਹੀਂ। ਉਹਨੇ ਲੱਗੇ ਰਹਿਣਾ, ਦੁਪਹਿਰ ਆ ਜਾਣਾ, ਮੈਂ ਕਹਿਣਾ ਸ਼ਾਮੇ ਹੋ ਕੇ ਟ੍ਰੇਨਿੰਗ ਕਰ, ਧੁੱਪੇ ਨਾ ਕਰ। ਉਹਨੂੰ ਸ਼ਾਮ ਨੂੰ ਨਾਲ ਲੈ ਜਾਣਾ, ਘਰ ਬਹਿ ਕੇ ਰੋਟੀ ਖਵਾਉਣੀ, ਦੁੱਧ ਪਿਆਉਣਾ, ਅਤੇ ਇਸ ਕਰਕੇ ਨਾਲ ਲਾ ਕੇ ਅਤੇ ਤਿਆਰ ਕੀਤਾ। ਤਕਰੀਬਨ ਤੁਸੀਂ ਕਿੰਨੇ ਸਾਲ ਉਹਨਾਂ 'ਤੇ ਸ਼ੌਕ 'ਤੇ ਜਿਹੜੀ ਆ ਮਿਹਨਤ ਕੀਤੀ? 3 ਸਾਲ ਉੱਥੇ ਮਿਹਨਤ ਕੀਤੀ। 3 ਸਾਲ ਮਿਹਨਤ ਕੀਤੀ। ਹਾਂਜੀ। ਤੁਹਾਡੇ ਨਾਲ ਉਹਨਾਂ ਦਾ ਬਿਹੇਵੀਅਰ ਕਿੰਝ ਦਾ ਸੀ? ਮੇਰੇ ਨਾਲ ਤਾਂ ਠੀਕ ਆ, ਉੱਦਾਂ ਤਾਂ ਉਸਤਾਦ ਜੀ ਕਰਦਾ ਜੀ, ਜਦੋਂ ਪਰਾਂ ਹੋ ਜਾਂਦਾ ਉਦੋਂ ਭਾਵੇਂ ਗਾਲਾਂ ਕੱਢਦਾ। ਯਾਨੀ ਕਿ ਦਿਲੋਂ ਤੁਹਾਡੇ ਨਾਲ ਉਹ ਮੁਖਲਸ ਨਹੀਂ? ਨਹੀਂ, ਮੈਂ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਕਰੀ ਜਾਵਾਂ, ਉਸਤਾਦ ਜੀ ਆ ਉੱਥੇ ਜਾ ਕੇ ਗਾਲਾਂ ਕੱਢਾਂ, ਉਹ ਤਾਂ ਨਹੀਂ ਨਾ। ਸਾਹਮਣੇ ਉਸਤਾਦ ਜੀ ਕਰੀ ਜਾਣਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅੱਲਾ ਬਿਹਤਰ ਜਾਣਦਾ, ਕਿਸੇ ਦਿਲ ਦਾ ਅਸੀਂ ਤਾਂ ਨਹੀਂ ਨਾ ਭੇਤ ਜਾਣਦੇ। ਕਿਉਂ ਜੀ? ਹਾਂਜੀ, ਸਾਡਾ ਕੰਮ ਮਿਹਨਤ ਕਰਾਉਣਾ, ਅੱਗੇ ਉਹਨਾਂ ਦੀ ਮਰਜ਼ੀ, ਕੋਈ ਸਾਡੇ ਕੋਲ ਰਹੇ ਜਿੱਥੇ ਮਰਜ਼ੀ ਜਾਏ, ਸਾਡਾ ਗਰਾਊਂਡ ਦੇ ਵਿੱਚ ਆਉਂਦੇ ਆ, ਸਾਡਾ ਫਰਜ਼ ਆ ਇਹਨਾਂ ਨੂੰ ਮਿਹਨਤ ਕਰਾਉਣੀ, ਇਹਨਾਂ ਨੂੰ ਪਲੇਅਰ ਬਣਾਉਣਾ, ਅੱਗੇ ਇਹਨਾਂ ਦਾ ਦਿਲ ਮੰਨੇ, ਸਾਡੀ ਇੱਜ਼ਤ ਕਰ ਲੈਂਦੇ। ਜਦੋਂ ਕਹਿੰਦਾ ਸੀ ਕਿ ਮੈਨੂੰ ਅੱਜ ਤੱਕ ਯਾਰ ਕਿਸੇ ਨੇ ਸਾਈਕਲ ਵੀ ਨਹੀਂ ਦਿੱਤੀ। ਹਾਂਜੀ, ਸਾਈਕਲ। ਅੱਜ ਤੱਕ ਕਿੰਨੀਆਂ ਮੋਟਰਸਾਈਕਲਾਂ ਤੁਸੀਂ ਜਿੱਤ ਚੁੱਕੇ ਜੇ? ਅੱਜ ਤੱਕ ਤਾਂ ਭਾਈ ਸਾਈਕਲ ਨਹੀਂ ਮਿਲਿਆ।